जंडियाला गुरु में नामांकन करने आए पंच सरपंचों को काफी दिक्कतों का करना पड़ रहा सामना। ना तो चूरा टैक्स की रसीद दी जाती है और ना ही सूचियां दी जा रही हैं। पूर्व कांग्रेस विधायक सुखविंदर सिंह ने जंडियाला गुरु पहुंचकर सुखविंदर सिंह ने बीडीपीओ को खरी खोटी सुनाई। साथ ही पंच और सरपंचों की फाइलों पर हस्ताक्षर करने वाले सुखविंदर सिंह जैनी पंजाब सरकार से नाराज दिखे उपस्थित। कहने लगे कि सरकार बीडीपीओ और पंचायत अधिकारियों पर दबाव बना रही। सुखविंदर सिंह डैनी ने सरकार पर कई सवाल भी उठाए। वहीं बीडीपीओ का कहना है कि हमारे सभी पंचायत सचिव अपनी सीट पर बैठे हैं, किसी का काम नहीं रोका जा रहा। सरपंचों के मन में शंका है कि 24 की सूचियां तैयार हो चुकी हैं और इनमें से 24 की सूचियां अभी भी तैयार नहीं हो पाई। 23 की सूची में कोई नहीं है, फिर चुनाव कराया जा रहा। देखो अज ब्लाक जंडियाला गुरु ब्लाक ही नहीं जंडियाला हल्का जंडियाला गुरु के जी चोण हो जा रही है पंचायतों की। सारे कायदे कानून छिके तो टांके तो आम आदमी पार्टी वालों सरकार वालों और इतों के इलाके के मंत्री साहब वालों जोड़ा वो इलैक्शन करवाने की बजाय पंचायतों के लुट्ट की कोशिश की जा रही है। जिस तरीके के नाल थले हदायत कीतिया गई ने किसी पंच सरपंच थले ना तो चुल्हा टैक्स की रसीप मिली है। ਇਹ ਗੱਲ ਦੇ ਮੰਨਣ 'ਚ ਆ ਗਈ ਵੀ ਐੱਨ ਓ ਸੀ ਦੀ ਜਗ੍ਹਾ ਤੁਸੀਂ ਆਪਣਾ ਐਫੀਡੇਵਿਟ ਜਿਹੜਾ ਫਾਈਲ ਕਰ ਸਕਦੇ ਹੋ, ਪਰ ਵੋਟਰ ਸੂਚੀਆਂ ਤੁਹਾਡੇ ਚੁੱਲ੍ਹਾ ਟੈਕਸ ਤੁਹਾਨੂੰ ਹੋਰ ਜਿਹੜੀਆਂ ਮੁਸ਼ਕਲਾਵਾਂ ਜਿਹੜੀਆਂ ਜ਼ਰੂਰੀ ਚਾਹੀਦੀਆਂ ਨੇ ਉਹਨਾਂ ਦੇ ਸੰਬੰਧ ਦੇ ਵਿੱਚ ਅੱਜ ਸਾਰੇ ਇਲਾਕੇ ਦੇ ਵਿੱਚ ਇਸ ਗੱਲ ਦਾ ਰੋਸ ਫੈਲਿਆ ਪਿਆ ਵੀ ਕੋਈ ਵੀ ਪੰਚਾਇਤ ਸੈਕਟਰੀ ਤੋਂ ਲੈ ਕੇ ਪੰਚਾਇਤ ਅਫਸਰ ਤੋਂ ਲੈ ਕੇ ਆਪਣੀ ਸੀਟ ਦੇ ਉੱਪਰ ਹੀ ਅਵੇਲੇਬਲ ਨਹੀਂ ਹੈ। ਔਰ ਸਰਕਾਰ ਵੱਲੋਂ ਪਿੱਛੋਂ ਹਦਾਇਤਾਂ ਦਿੱਤੀਆਂ ਗਈਆਂ ਨੇ ਵੀ ਜਿਹੜੀਆਂ ਓਪੋਜੀਸ਼ਨ ਪਾਰਟੀਆਂ ਨੇ ਉਹਨਾਂ ਨੂੰ ਜਿਹੜੇ ਜ਼ਰੂਰੀ ਕਾਗਜ਼ਾਤ ਮੁਕੰਮਲ ਕਰਨ ਵਾਸਤੇ ਲੋੜ ਹੈ ਉਹਨਾਂ ਨੂੰ ਦੇਣਾ ਹੀ ਨਹੀਂ ਆ। ਉਹਨਾਂ ਦਾ ਜਿਹੜਾ ਅੱਜ ਹੱਕ ਹੈ ਚੋਣ ਲੜਨ ਦਾ ਉਹ ਖੋਇਆ ਜਾ ਰਿਹਾ। ਸੋ ਅੱਜ ਇੱਥੇ ਮੈਂ ਆਪ ਚੱਲ ਕੇ ਆਇਆ ਸੀਗਾ, ਸਾਡਾ ਸਾਰਾ ਇਲਾਕਾ ਇਕੱਤਰ ਹੋ ਕੇ ਆਇਆ ਸੀਗਾ ਔਰ ਲੋਕ ਸਾਰੇ ਭਰੇ ਪੀਤੇ ਪਏ ਨੇ। ਜਿਸ ਤਰੀਕੇ ਦਾ ਮਾੜਾ ਵਰਤਾਓ ਇੱਥੇ ਇਲਾਕੇ ਦੇ ਚੁਣੇ ਹੋਏ ਪੁਰਾਣੇ ਪੰਚਾਂ ਸਰਪੰਚਾਂ ਨਾਲ ਕੀਤਾ ਜਾ ਰਿਹਾ ਉਹ ਅਤਿ ਨਿੰਦਣ ਦੇ ਯੋਗ ਹੈ। ਔਰ ਇੱਥੇ ਮੈਂ ਇਹ ਗੱਲ ਸਾਫ਼ ਕਰਨੀ ਚਾਹੁੰਦਾ ਕਿ ਲੋਕ ਰਾਜ ਦੇ ਵਿੱਚ ਜਿਹੜੇ ਲੋਕ ਹੈ ਉਹ ਸਰਵਉੱਚ ਹੈ, ਲੋਕਾਂ ਦੀਆਂ ਵੋਟਾਂ ਦੇ ਨਾਲ ਜਿਹੜੀਆਂ ਪੰਚਾਇਤਾਂ ਬਣਦੀਆਂ ਨੇ। ਚੋਣਾਂ ਲੁੱਟਣ ਦੇ ਨਾਲ ਜਿਹੜਾ ਹੈ ਇਹ ਤੁਸੀਂ ਦਿਲਾਂ ਦੇ ਉੱਪਰ ਰਾਜ ਨਹੀਂ ਕਰ ਸਕਦੇ। ਔਰ ਅਸੀਂ ਇਸ ਗੱਲ ਦੀ ਉਦਾਹਰਣ ਦਿੱਤੀ ਹੈ ਪਿਛਲੇ ਇਸ ਹਲਕਾ ਜੰਡਿਆਲਾ ਗੁਰੂ ਦੇ ਅੰਦਰ ਕਿਸੇ ਵੀ ਵਿਰੋਧੀ ਪਾਰਟੀ ਦਾ ਇੱਕ ਨੋਮੀਨੇਸ਼ਨ ਪੇਪਰ ਜਿਹੜਾ ਸੀਗਾ ਰਿਜੈਕਟ ਨਹੀਂ ਸੀ ਕੀਤਾ, ਉਹੀ ਬਲੋਕ ਹਲਕਾ ਜੰਡਿਆਲਾ ਗੁਰੂ ਹੈ। ਔਰ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਔਰ ਇਸ ਇਲਾਕੇ ਦੇ ਨੁਮਾਇੰਦਗੀ ਦੀ ਇੱਥੇ ਇੰਨੀ ਕੁ ਹਾਲਤ ਪਤਲੀ ਹੋ ਚੁੱਕੀ ਹੈ ਵੀ ਅੱਜ ਇਹਨਾਂ ਨੂੰ ਜਿਹੜੀ ਹੈ ਲੋਕਾਂ ਦੇ ਵਿੱਚ ਜਾ ਕੇ ਵੋਟ ਮੰਗਣੀ ਵੀ ਔਖੀ ਹੋ ਰਹੀ ਹੈ। ਲੋਕ ਇਹਨਾਂ ਦਾ ਸਾਥ ਨਹੀਂ ਦੇ ਰਹੇ ਅਤੇ ਲੋਕਾਂ ਦੇ ਸਾਥ ਨਾ ਦੇਣ ਦਾ ਕਾਰਨ ਵੋਟਾਂ ਨੂੰ ਲੁੱਟਣ ਦੇ ਚੱਕਰ 'ਚ ਇਹ ਪੂਰੇ ਪ੍ਰੋਸੈਸ ਨੂੰ ਹਾਈਜੈਕ ਕਰਨ ਦੇ ਅੰਦਰ ਜਿਹੜਾ ਹੈ ਉਹ ਆਮ ਆਦਮੀ ਪਾਰਟੀ ਜਿਹੜੀ ਹੈ ਉਸ ਜਿਹੜਾ ਹੈ ਉਸ ਚੱਕਰ ਦੇ ਵਿੱਚ ਫਿਰ ਰਹੀ ਹੈ ਜਿਸ ਦੀ ਲੋਕ ਜਿਹੜੀ ਹੈ ਸਖਤ ਸ਼ਬਦਾਂ ਦੇ ਵਿੱਚ ਨਿੰਦਾ ਕਰ ਰਹੇ ਹੈ। ਲੱਗਦਾ ਮੁਲਾਜ਼ਮਾਂ ਦੇ ਉੱਪਰ ਸਰਕਾਰੀ ਦਬਾਅ ਜਿਹੜਾ ਬਣਾਇਆ ਜਾ ਰਿਹਾ। ਮੁਲਾਜ਼ਮ ਤਾਂ ਸਾਰੇ ਸਰਕਾਰ ਦਾ ਜਿਹੜਾ ਉਹ ਹੱਥ ਠੋਕਾ ਪਿੱਠੂ ਬਣ ਕੇ ਨਜ਼ਰ ਰੱਖੇ ਆਏ। ਸਭ ਤੋਂ ਵੱਡੀ ਉਦਾਹਰਨ ਤਾਂ ਇਹ ਜਿਹੜੀ ਸਾਹਮਣੇ ਨਜ਼ਰ ਆ ਰਹੀ ਹੈ ਕਿ ਸਾਡੇ ਇੱਥੋਂ ਜਿਹੜੇ ਬੀਡੀਪੀਓ ਨੇ ਉਹ ਲੋਕਲ ਇੱਥੋਂ ਦੇ ਬਲਾਕ ਦੇ ਹੋਮ ਟਾਊਨ ਹੈ ਔਰ ਇੱਥੇ ਹੀ ਤੈਨਾਤ ਨੇ। ਔਰ ਅਗਰ ਉਹਨਾਂ ਨੂੰ ਤੈਨਾਤੀ ਕੀਤੀ ਗਈ ਹੈ ਤਾਂ ਉਹਦਾ ਮਕਸਦ ਉਹਦਾ ਜਿਹੜਾ ਉਹਨਾਂ ਦਾ ਮੋਟਿਵ ਹੈ ਉਹ ਸਾਫ਼ ਝਲਕਦਾ ਹੈ ਕਿ ਇਲੈਕਸ਼ਨ ਨੂੰ ਜਿਹੜਾ ਚੋਣ ਨੂੰ ਲੁੱਟਣ ਦੀ ਕੋਸ਼ਿਸ਼ ਦੇ ਫਰਾਕ ਦੇ ਵਿੱਚ ਹੈ ਆਮ ਆਦਮੀ ਪਾਰਟੀ ਦੀ ਸਰਕਾਰ। ਔਰ ਪੰਜਾਬ ਦੇ ਅੰਦਰ ਹੀ ਇਹ ਮਾਹੌਲ ਬਣਦਾ ਪਿਆ ਸਾਰਾ। ਫੋਰਮ ਭਰੇ ਜਾ ਰਹੇ ਆ ਸਰਪੰਚੀ ਦੇ, ਕਿੰਨੀਆਂ ਕਿੰਨੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ? ਇਹ ਜੀ ਬਹੁਤ ਜਿਹੜਾ ਮੁਸ਼ਕਲ ਆਉਣ ਰਹੀ ਆ, ਅੱਜ ਤੋਂ 4-5 ਦਿਨ ਹੋ ਗਏ ਆ ਜਿਹੜਾ ਬਲਾਕ ਦੇ ਗੇੜੇ ਵੱਜਣ ਦੇ ਆ। ਕੋਈ ਅਫਸਰ ਨਹੀਂ ਇੱਥੇ ਸਾਨੂੰ ਮਿਲ ਰਿਹਾ, ਨਾ ਕੋਈ ਜੇ ਵੀਡੀਓ ਸਾਹਿਬ ਆਉਂਦੇ ਆ 10 ਮਿੰਟ ਵਾਸਤੇ, ਇੱਥੇ 10 ਮਿੰਟ ਅੱਧਾ ਘੰਟਾ ਬਹਿ ਕੇ ਚਲੇ ਜਾਂਦੇ ਜੀ। ਸਾਨੂੰ ਇੱਥੇ ਮੀਟਿੰਗ ਪੈ ਗਈ, ਉੱਥੇ ਮੀਟਿੰਗ ਪੈ ਗਈ। ਵੇਖੋ ਚੋਣਾਂ ਦਾ ਸਮਾਂ ਵਾ, ਹਰ ਇੱਕ ਬੰਦੇ ਨੂੰ ਇੱਥੇ ਇਹਨਾਂ ਅਫਸਰਾਂ ਦੀ ਲੋੜ ਆ, ਲੇਕਿਨ ਕੋਈ ਨਾ ਕਾਰਵਾਈ ਕੋਈ ਨਹੀਂ ਇੱਥੇ ਕਰਾਉਣ ਦਿਆ ਕੋਈ ਆਪਣਾ।
ਪੰਚਾਇਤ ਅਫਸਰ ਜਿਹੜੇ ਉਹ ਬੈਠਦੇ ਨਹੀਂ ਪਏ, ਬਿਲਕੁਲ ਕੋਈ ਕੁਰਸੀਆਂ ਖਾਲੀ ਪਈਆਂ, ਜਾ ਕੇ ਦੇਖ ਸਕਦੇ ਜੇ ਤੁਸੀਂ ਅੰਦਰਾਂ 'ਚ, ਨਾ ਕੋਈ ਫੋਨ ਚੁੱਕਦਾ ਕਿਸੇ ਦਾ, ਨਾ ਕੋਈ ਬਹੁਤ ਜ਼ਿਆਦਾ ਪਰੇਸ਼ਾਨ, ਜਿਹੜਾ ਪਹਿਲੀ ਵਾਰੀ ਹੋਣ ਦਿਆ ਜਿਹੜਾ ਇਹਨਾਂ ਨੇ ਇੰਨਾ ਤੰਗ ਪਰੇਸ਼ਾਨ ਕਰਨ ਦਿਆ ਸਾਰਿਆਂ ਸਰਪੰਚਾਂ ਮੈਂਬਰਾਂ ਨੂੰ। ਕੀ ਲੱਗਦਾ ਵਾ ਕਿ ਜਿਹੜਾ ਦਬਾਅ ਬਣਾਇਆ ਜਾ ਰਿਹਾ? ਬਿਲਕੁਲ, ਜਿਹੜਾ ਸਰਕਾਰ ਦਾ ਦਬਾਅ, ਜਿਹੜਾ ਅਫਸਰ ਸਾਹਿਬਾਨਾਂ 'ਤੇ ਜਿਹੜਾ ਸਰਕਾਰ ਦਬਾਅ ਬਣਾ ਰਹੀ ਆ, ਬਿਲਕੁਲ ਜਿਹੜੀ ਇਹ ਧੱਕੇਸ਼ਾਹੀ ਕਰ ਰਹੀ ਆ, ਅਤੇ ਅਸੀਂ ਇਹਨਾਂ ਨੂੰ ਦੱਸਣਾ ਚਾਹੁੰਦੇ ਕਿ ਬਿਲਕੁਲ ਧੱਕੇਸ਼ਾਹੀ ਨਹੀਂ ਹੋਊਗੀ। ਜਿਹੜਾ ਵਾ ਨਰੋਲ ਇਲੈਕਸ਼ਨ ਕਰਾਓ, ਜਿਹੜੀ ਵੋਟ ਤੁਹਾਡੀ ਆ ਤੁਹਾਨੂੰ ਮਿਲ ਜਾਣੀ ਆ, ਜਿਹੜੀ ਸਾਡੀ ਆ ਸਾਨੂੰ ਮਿਲ ਜਾਣੀ ਆ। ਇਹ ਇਸ ਟਾਈਮ ਅਕਾਲੀ ਅਤੇ ਕਾਂਗਰਸੀਆਂ ਨਾਲ ਬਹੁਤ ਜ਼ਿਆਦਾ ਧੱਕਾ ਹੋਣ ਡਿਆ, ਕਿਸੇ ਦੀ ਫਾਈਲ ਨਹੀਂ ਸਬਮਿਟ ਹੋਣ ਡਈ, ਕਿਸੇ ਨੂੰ ਚੁੱਲ੍ਹਾ ਟੈਕਸ ਨਹੀਂ, ਪਰੇਸ਼ਾਨੀਆਂ ਜਿਹੜੀਆਂ ਵਾ ਫੋਰਮ ਫਿਲ ਕਰਨ ਦੇ ਵਿੱਚ ਆ ਰਹੀਆਂ ਜੀ। ਦੇਖੋ ਜੀ, ਸਾਰਿਆਂ ਤੋਂ ਪਹਿਲਾਂ ਇਹ ਲੋਕਤੰਤਰ ਦਾ ਘਾਣ ਹੋ ਰਿਹਾ ਹੈ, ਜਿਹੜਾ ਸਾਡੇ ਸੰਵਿਧਾਨ, ਜੋ ਸਾਡੇ ਵੱਡੇ ਵਡੇਰੇ, ਸਾਡੇ ਬਾਬਾ ਭੀਮ ਰਾਓ ਅੰਬੇਦਕਰ ਜੀ ਅਤੇ ਹੋਰ ਸਾਡੇ ਜੋ ਵੱਡ ਵਡੇਰੇ ਜਿਨ੍ਹਾਂ ਨੇ ਕਿੰਨੀਆਂ ਸਰਦਾਰ ਭਗਤ ਸਿੰਘ ਜੀ ਜਿਨ੍ਹਾਂ ਦੀ ਜਿਨ੍ਹਾਂ ਨੂੰ ਅੱਜ ਦੀ ਪੰਜਾਬ ਦੀ ਸਰਕਾਰ ਆਪਣਾ ਇੱਕ ਆਦਰਸ਼ ਮੰਨ ਕੇ ਚੱਲਦੀ ਹੈ, ਜਿਨ੍ਹਾਂ ਦੀਆਂ ਫੋਟੋਆਂ ਉਹਨਾਂ ਨੇ ਦਫ਼ਤਰਾਂ 'ਚ ਲਾਈਆਂ ਹੈ, ਇਹ ਅੱਜ ਉਹਨਾਂ ਦੇ ਸਿਧਾਂਤਾਂ ਦਾ ਹੀ ਘਾਣ ਹੋ ਰਿਹਾ ਹੈ, ਅਤੇ ਜਿਸ ਦੇ ਵਿੱਚ ਜ਼ਿੰਮੇਵਾਰ ਹਨ ਸਾਡਾ ਪ੍ਰਸ਼ਾਸਨ, ਸਾਡਾ ਪੰਚਾਇਤ ਮਹਿਕਮਾ, ਜਿਸ ਤਰ੍ਹਾਂ ਕਿ ਕਦੀ ਕਿਹਨੂੰ ਕਹਿੰਦੇ ਆ ਵੀਡੀਓ ਹਾਜ਼ਰ ਨਹੀਂ ਹੁੰਦਾ, ਕਦੀ ਪੰਚਾਇਤ ਅਫਸਰ ਨਹੀਂ ਹਾਜ਼ਰ, ਕਦੀ ਆ ਜਿਹੜੇ ਪੰਚਾਇਤ ਸੈਕਟਰੀ ਨਹੀਂ ਲੱਭਦੇ, ਜਿੱਦਾਂ ਕਿ ਆ ਪੰਚਾਇਤ ਸੈਕਟਰੀ ਜਿਨ੍ਹਾਂ ਦੀ ਡਿਊਟੀ ਆ ਕਿ ਉਹਨਾਂ ਚੁੱਲ੍ਹਾ ਟੈਕਸ ਦੇਣ ਦੀਆਂ ਪਰਚੀਆਂ ਦੇਣੀਆਂ ਜਾਂ ਹੋਰ NOC ਲੋੜੀਂਦੇ ਕਾਗਜ਼ ਪੱਤਰ ਜੋ ਕਿ ਪੰਚਾਇਤ